ਬੀਬੀ ਜਗੀਰ ਕੌਰ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਨੇ। ਇਸ ਮੌਕੇ ਦੇ ਉੱਤੇ ਉਹਨਾਂ ਕਿਹਾ ਕਿ ਅੱਜ ਕਾਫ਼ੀ ਖੁਸ਼ੀ ਦਾ ਗੱਲ ਹੈ। ਉਹਨਾਂ ਕਿਹਾ ਕਿ ਇੱਕ ਤਾਂ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਨੇ, ਦੂਜਾ ਕਾਂਗਰਸ ਪਾਰਟੀ ਨੂੰ ਛੱਡ ਕੇ ਉਹਨਾਂ ਦੀ ਪਾਰਟੀ ਦੇ ਵਿੱਚ ਰਣਜੀਤ ਸਿੰਘ ਬਾਦਲ ਸ਼ਾਮਿਲ ਹੋਏ ਨੇ। ਇਸ ਮੌਕੇ ਦੇ ਉੱਤੇ ਬੀਬੀ ਜਗੀਰ ਕੌਰ ਦੇ ਵੱਲੋਂ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ। ਅਤੇ ਸਮਝੋ ਸ਼੍ਰੋਮਣੀ ਅਕਾਲੀ ਦਲ ਕਦੀ ਕਮਜ਼ੋਰ ਨਹੀਂ ਹੋ ਸਕਦਾ। ਪਹਿਲਾਂ ਵੀ ਇਹ ਨਹੀਂ ਗੱਲ ਕਿ ਨਵੇਂ ਲੋਕ ਨੇ, ਇਹਨਾਂ ਨੇ ਪਹਿਲਾਂ ਬੜੀਆਂ ਕੁਰਬਾਨੀਆਂ ਕੀਤੀਆਂ ਔਰ ਪਾਰਟੀ ਵਾਸਤੇ ਪਹਿਲਾਂ ਵੀ ਜੂਝਦੇ ਰਹੇ ਆ। ਕੋਈ ਸਮੇਂ ਹੁੰਦੇ ਆ ਕਿ ਬੰਦਾ ਦੂਜੀ ਪਾਰਟੀ ਵਿੱਚ ਜਾ ਕੇ ਕੰਮ ਕਰਨ ਲੱਗ ਪੈਂਦਾ, ਪਰ ਅਖੀਰ ਦੇ ਉੱਤੇ ਮਨ ਜਿਹੜਾ ਨਾ ਹਰ ਵਿਅਕਤੀ ਦਾ, ਖਾਸ ਕਰਕੇ ਜਿਹੜਾ ਪੰਥਕ ਹਲਕਾ ਹੈ ਖਡੂਰ ਸਾਹਿਬ ਦਾ, ਇਹ ਤਾਂ ਲੋਕਾਂ ਨੂੰ ਚਾਹ ਚੜ੍ਹਦਾ। ਕੋਈ ਪਾਰਟੀ ਦੀ ਗੱਲ ਕਰੋ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੋ, ਮੈਂ ਸਰਦਾਰ ਬਾਦਲ ਸਾਹਿਬ ਜਿਹਨਾਂ ਜੀ ਬਾਦਲ ਕਹਿੰਦੇ ਆ, ਸਰਦਾਰ ਰਣਜੀਤ ਸਿੰਘ ਜੀ ਬਾਦਲ ਸਾਹਿਬ ਦਾ ਧੰਨਵਾਦ ਕਰਦੇ ਜੀ ਆਇਆਂ ਨੂੰ। ਜੇ ਮੈਂ ਬਾਦਲ ਕਹਿ ਦੀ ਕਿਤੇ ਕਹਿ ਲੈਂਦੇ ਵੀ ਪ੍ਰਕਾਸ਼ ਹੈ ਬਾਦਲ ਦੇ ਪਿੰਡ ਦੇ। ਇੱਕ ਦੋ ਦਿਨ ਇੱਕ ਮੈਂ ਬਹੁਤ ਵੱਡਾ, ਮੈਂ ਇਹ ਕੋਸ਼ਿਸ਼ ਕੀਤੀ ਆ ਵੀ ਇਹ ਸੀਟ ਜਿਹੜੀ ਆ ਵੱਧ ਤੋਂ ਵੱਧ ਦਲੀਲ ਨਾਲ ਜਿਤਾਉਣੀ ਆ ਅਕਾਲੀ ਦਲ। ਇਹ ਜਿਹੜੀਆਂ ਸਾਫ਼ ਸੁਥਰੀਆਂ ਰਾਜਨੀਤੀਆਂ ਸਰ, ਇਹਨੂੰ ਪੁੱਛਣਾ ਰਾਜਨੀਤੀ ਹੁੰਦੀ ਕੀ ਆ? ਇੱਕ ਪੈਸੇ ਹਰਮਿੰਦਰ ਗਿੱਲ ਨੇ ਕਿਸ ਤਰ੍ਹਾਂ ਦੀ ਕੀਤੀ? ਹਰਮਿੰਦਰ ਗਿੱਲ ਨੇ ਕੀਤੀ ਜੀ, ਜੇ ਤਾਂ ਮੈਂ ਤਾਂ ਪਿਛੋਕੜ ਜਾਵਾਂ, ਕਿਉਂਕਿ ਮੈਨੂੰ ਇਲੈਕਸ਼ਨ ਦੀ ਹੋਈ ਆ, ਇਲੈਕਸ਼ਨ ਦੇ ਵਿੱਚ ਆ ਪੰਚਾਇਤ, ਉਦੋਂ ਹੀ ਪਤਾ ਲੱਗਾ ਜੀ ਇੱਕ ਦੁੱਧਾ ਦਾ। ਸਰਦਾਰ ਹਰਮਿੰਦਰ ਸਿੰਘ ਸੰਧੂ ਹੁੰਦੇ ਸੀਗੇ ਫੈਡਰੇਸ਼ਨ ਦੇ ਪ੍ਰਧਾਨ, ਉਹਨੂੰ ਮਰਵਾ ਕੇ ਅਤੇ ਪ੍ਰਧਾਨ ਬਣਿਆ ਫੈਡਰੇਸ਼ਨ ਦਾ, ਅਤੇ ਸੈਨ ਕਰਦਾ 10-10 ਹਜ਼ਾਰ ਰੁਪਇਆ ਲੋਕਾਂ ਕੋਲ ਲੈਂਦਾ ਰਿਹਾ। ਜਿਹੜੇ ਬੰਦੇ ਪੋਲੀਟੀਕਲ ਜਲਸੇ 'ਤੇ ਗਏ ਸੀਗੇ ਬਾਹਰ ਸਿਆਸੀ ਸ਼ਰਨ ਲੈਣ ਵਾਸਤੇ, ਉਹਨਾਂ ਕੋਲ ਲੈਟਰ ਪੈਡ ਦੇਣ ਦਾ 10-10 ਹਜ਼ਾਰ ਰੁਪਇਆ ਇਕੱਠਾ ਕਰਦਾ ਰਿਹਾ, ਅਤੇ ਹੁਣ ਤਾਂ ਉਹਦੀ ਲੋਹੜੀ ਨੇ ਇਕੱਠਾ ਕਰਦੀ। ਬਹੁਤ ਕਰਿੰਦੇ ਭਾਏ ਨੇ ਜਿਹੜੇ ਰੋਜ਼ ਇਕੱਠੇ ਕਰਦੇ ਆ, ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਰਦੇ ਆ। ਇਹ ਕਹਿੰਦਾ ਸੀਗਾ ਵੀ ਮੈਂ ਕਰਪਸ਼ਨ ਜ਼ੀਰੋ ਟੋਲਰੈਂਸ ਕਰਨੀ ਆ, ਜ਼ੀਰੋ ਜਦੋਂ ਕਿ ਮੇਰਾ ਖਿਆਲ ਹੁਣ ਜੇ ਇਹਨੂੰ ਕਹੀਏ ਨਾ ਇਮਾਨਦਾਰੀ ਤਾਂ ਕੋਈ ਲੈਵਲ 'ਚ ਹੈਗਾ ਹੀ ਨਹੀਂ ਵੀ ਇਹਦੇ ਖਿਲਾਫ਼ ਵਰਤਿਆ ਜਾ ਸਕੇ। ਕਹਿੰਦੇ ਮੈਂ ਸਾਫ਼ ਸੁਥਰੀ ਰਾਜਨੀਤੀ ਕਰਦਾ, ਇਹ ਸਾਫ਼ ਸੁਥਰੀ ਰਾਜਨੀਤੀ ਆ ਵੀ 110 ਪਿੰਡਾਂ ਦੇ ਕਾਗਜ਼ ਰੱਦ ਕਰਾ ਦਿਓ। ਰਾਜਨੀਤੀ ਅਸਲ ਮੁੱਢ ਜਿਹੜਾ ਵਾ ਪੰਚਾਇਤਾਂ ਵਾ, ਅਤੇ ਪੰਚਾਇਤਾਂ ਦੇ ਉੱਤੇ ਲੋਕ ਕਿਸੇ ਨੂੰ ਵੋਟ ਜਿਹੜੀ ਆ ਮੰਗਣੀ ਦਿੱਤੀ, ਪਾਉਣ ਨਹੀਂ ਦਿੱਤੀ। ਅੱਜ ਜੇ ਕੋਈ ਮੈਂਬਰ ਵਾਲਾ ਕੋਈ ਜਾਂਦਾ ਵੀ ਆ ਤਾਂ ਤੂੰ ਮੈਨੂੰ ਕਿਹੜੀਆਂ ਵੋਟਾਂ ਪਾਈਆਂ? ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਵਾ, ਇਹਨੂੰ ਕੋਈ ਪਤਾ ਹੀ ਨਹੀਂ ਰਾਜਨੀਤੀ ਕੀ ਹੁੰਦੀ ਆ। ਇਹਨੂੰ ਸਿਰਫ ਇੱਕ ਲੁੱਟਣਾ ਆ ਗਿਆ ਵਾ, ਉਹ ਲੀੜੇ ਇਹਨਾਂ ਨੇ ਵਿਛਾਏ ਆ, ਇਹਨੇ ਦੇ ਥੱਲੇ ਚੁੱਪਚੀ ਆ ਗਏ। ਲੋਕ ਸਭਾ ਚੋਣ ਜਿਹਨਾਂ ਦੀ ਹਾਰ ਵਾ, ਬਿਲ ਪੱਕੀ ਆ, ਪੱਟੀ ਹਲਕੀ ਤੋਂ ਪੱਕੀ ਆ। ਅੰਦਰ ਤੁਸੀਂ ਕਿਤੇ ਬਾਹਰ ਹੋ?